हाँ जी, सत श्रीकाल सारे नूं। की हाल ने मित्र प्यारे, सारे ठीक होंगे, चढ़दी कला च होंगे। होर सुनाओ, सारे ठीक ठाक। वेलकम टू माई ब्लॉग GS0071। लाइक एंड शेयर, फॉलवर्ड, सबसक्राइब। हुण आपां अगे ब्लॉग स्टार्ट करते हैं। अज आपां फिलहाल घर ही हाँ, जिवें भी हुंदा वीडियो तुहानू दिखाई जावांगे। होर सुनाओ सारे, कल मीह दा इंजॉय सारे ने किया, वधिया मीह पिया, मौसम वधिया अज भी फिलहाल। चलो करदे आ कंटिन्यू। कोई अपने राह दी ग्रीनरी किन्नी सोहनी लगती है, ग्रीनरी उपरों बूटे जुड़े हुए ने। ਐਂ ਹੀ ਹੋਣੇ ਚਾਹੀਦੇ ਆ ਇੱਧਰ ਸਰਾਹਾਂ 'ਚ ਬੂਟੇ ਸਾਰੇ। ਦੇਖੋ ਕਿੰਨਾ ਸੋਹਣਾ ਲੱਗਦਾ ਗ੍ਰੀਨ ਗ੍ਰੀਨ। ਚਲੋ ਤੁਹਾਨੂੰ ਇੱਕ ਆਪਣੀ ਫਰੈਂਡ ਨਾਲ ਦਰਸ਼ਨ ਕਰਾਈਏ ਤੁਹਾਨੂੰ ਫਰੈਂਡ ਦੇ। ਆਹ ਦੇਖੋ ਠੀਕ ਆ, ਆ ਜਾ ਵੀ, ਆ ਜਾ ਆ ਜਾ ਆ ਜਾ ਆ ਜਾ ਭਾਈ, ਮੂਡ ਨਹੀਂ ਹੈਗਾ ਮੈਨੂੰ ਲੱਗਦਾ ਇਹਦਾ ਅੱਜ। ਆ ਜਾ ਆ ਜਾ ਆ ਤੁਹਾਨੂੰ ਫੀਡ ਪਾਈਏ, ਆ ਜਾ। ਆ ਗਈ ਸਿਆਣੀਆਂ, ਇੱਥੇ ਆ ਗਈਆਂ। ਅੱਛਾ ਇੱਕ ਨਾਲ ਨਾਲ, ਕੋਈ ਸਖਾਈ ਨਹੀਂ ਹੈਗੀ ਕੁਛ ਨਹੀਂ, ਪਰਮਾਤਮਾ ਦੇ ਰੰਗ ਹੀ ਆ ਦੇਖੋ। ਅੱਛਾ ਆਹ ਲੈ ਲਈ ਫੀਡ, ਉਹਨੂੰ ਪਾਉਂਦੇ ਹੁਣ ਆਪਾਂ, ਬਾਅਦ 'ਚ ਤੁਹਾਨੂੰ ਬੱਚੇ ਕੀ ਕਰਦੇ ਆ ਲੱਗੇ ਸਾਰੇ। ਆ ਗਈ ਬਿੱਲੀ, ਆ ਗਈ ਆ ਗਈ, ਖਾਓ ਖਾਓ। ਓਏ ਕੀ ਕਰਦੇ ਹੋ, ਹੈਲੋ ਬੋਲੋ ਸਾਰਿਆਂ ਨੂੰ, ਹੈਲੋ। ਸਾਡਾ ਇੱਕ ਭਲਵਾਨ ਜੀ ਆ ਗਏ, ਠੀਕ ਠਾਕ ਠੀਕ ਠਾਕ ਵਧੀਆ, ਠੀਕ ਠਾਕ ਠੀਕ ਠਾਕ ਸਭ ਵਧੀਆ, ਤੁਸੀਂ ਸੁਣਾਓ। ਹੈਲੋ ਕਰਦੇ ਸਰ, ਲਓ ਵੀ ਮਿੱਤਰ ਪਿਆਰੇ ਹੋ, ਚੱਲੀਏ ਤੁਹਾਨੂੰ ਮੇਰਾ ਕੋਲ ਦਵਾਈਏ ਨਾਲੇ ਬਲੈਕ ਨੀਚ। ਚਲੋ ਚਲੀਏ, ਨਾਗਪੁਰੀ ਦਾ ਕੰਮ ਜਿਹਾ ਕਰਾ ਪਾਉਣਾ ਥੋੜ੍ਹਾ ਜਿਹਾ, ਨਾਗਪੁਰੀ ਤੋਂ ਮੇਰੀ ਵਾਈਫ ਆ, ਥੋੜ੍ਹੇ ਬੁੜੀਆਂ ਤੁਹਾਨੂੰ ਪਤਾ ਹੀ ਆ ਕੱਪੜਿਆਂ ਦਾ ਹੀ ਹੁੰਦਾ, ਉਹਨਾਂ ਇੱਕ ਦੋ ਸੂਟ ਹੀ ਦੇਖਾਉਣੇ ਅਸੀਂ ਹੁਣੇ, ਕੰਮ ਕਰਾ ਕੇ ਬਾਅਦ 'ਚ ਵਿਹਲੇ ਆਪਾਂ ਫਿਰ ਕੰਟੀਨਿਊ ਕਰਾਂਗੇ ਵਲੌਗ। ਹੁਣ ਵੀ ਨਾਲ ਦੀ ਨਾਲ ਚੱਲੀ ਜਾਓ, ਦੇਖੋ ਕੀ ਕਰਦੇ ਨੇ, ਕਿੰਨਾ ਟਾਈਮ ਲਾਉਂਦੇ ਨੇ। ਚਲੋ ਕਰਦੇ ਆ ਫਿਰ ਕੰਟੀਨਿਊ ਬੈਕ। ਲਓ ਜੀ ਮਿੱਤਰ ਪਿਆਰਿਓ, ਚੜ੍ਹ ਗਏ ਰੋਡ ਤੇ, ਦੇਖੋ ਵਲੌਗ ਆਪਾਂ ਆ ਗਏ ਹੰਬੜਾ ਰੋਡ ਦੇ ਉੱਪਰ, ਅਤੇ ਬੜੀ ਤੇਜ਼ ਆਉਂਦੀ ਆ। ਸਾਡੀ ਮੱਟੋ, ਹੈਲੋ ਕਰਦੇ, ਹੈਲੋ ਸੈਲਨ ਮੋਡ ਜਾਏ, ਉਹ ਦੇਖੀ ਭਰਾ ਮੇਰੇ, ਕੀ ਖਾਣਾ, ਖਾਈਆਂ ਖਾਣੀਆਂ, ਖਾਣੀਆਂ ਫਾਈਆਂ ਖਾਣੀਆਂ। ਲਓ ਵੀ ਮਿੱਤਰ ਪਿਆਰੇ, ਭੁੱਖ ਲੱਗੀ ਸੀਗੀ, ਚਮਚਾ ਭੁੱਖ ਲੱਗੀ ਸੀ, ਕੋਈ ਖਾਣਾ ਆਏ ਆ, ਦਿਖਾਉਂਦੇ ਹਾਂ ਕੀ ਖਾਣਾ ਆਏ ਆ। ਲਓ ਵੀ ਮਿੱਤਰ ਪਿਆਰੇ, ਆਹ ਦੇਖੋ KFC ਮੈਕਡੋਨਲ, ਬਰਗਰ ਕਿੰਗ ਦੀ ਮਾਤ ਪਾਉਂਦਾ ਨਾ, ਬਰਗਰ ਕਿੰਗ ਨੂੰ ਵੀ ਮਾਤ, ਆਹ ਬਰਗਰ ਖਾ ਲਿਆ ਤਾਂ ਤੁਸੀਂ ਹੁਣ KFC ਮੈਕਡੋਨਲ ਭੁੱਲ ਜਾਓਗੇ, ਘੈਂਟ ਆ। ਆਹ ਸੈਂਡਵਿਚ ਖਾ ਲਉਂਗੇ ਤਾਂ ਗੱਲਬਾਤ ਬਣ ਜਾਊ ਪੂਰੀ, ਮੁਰੋਂ ਨੂੰ KFC ਨੂੰ ਤਾਂ ਕਿਤੇ ਮਾਤ, ਬਰਗਰ ਕਿੰਗ ਕੋਲ ਕੁਛ ਨਹੀਂ ਇਹਦੇ ਮੂਰੇ ਬਈ, ਪੂਰਾ ਗੱਲਬਾਤ ਸੀ ਬਰਗਰ, ਸਵਾਹ ਸੀ ਵੀ ਗੱਲਬਾਤ, KFC ਤਾਂ ਕੁਛ ਨਹੀਂ ਇਹਦੇ ਮੂਰੇ।
ਬਾਈ ਬਾਹਰੋਂ ਆ ਜਾਂਦਾ ਇਹਨੇ ਸਪੈਸ਼ਲ ਦੁਕਾਨ ਖੋਲ੍ਹੀ ਆ ਬਾਹਰੋਂ ਆ ਕੇ ਚਿਕਨ ਚੁਕਨ ਬਰਗਰ ਬੁਰਗਰ ਸਭ ਉਵੇਂ ਬਣਾਉਂਦਾ ਬਾਹਰੋਂ ਹੈਵੀ ਡਿਊਟੀ ਮੱਟੋ ਕੀ ਕਰਦੇ ਪੁੱਤ ਪਾਈਆਂ ਖਾਓ ਚਲੋ ਫਿਰ ਚਲੀਏ ਪਾਈਆਂ ਪਾਈਆਂ ਨਹੀਂ ਸੁਣੀਆਂ ਚੁੱਕ ਦਿਓ ਚਲੀਏ ਫਿਰ ਚਲੋ ਚਲੋ ਬਾਈ ਜੀ ਉਹਨਾਂ ਹੀ ਤੁਹਾਨੂੰ ਦੁਕਾਨ ਦਿਖਾਉਂਦੇ ਹਾਂ ਇੱਥੇ ਖਾਧਾ ਪੀਤਾ ਦੁਕਾਨ ਆ ਇਹਨਾਂ ਦੀ ਸ਼ੇਕ ਵਗੈਰਾ ਸਾਰਾ ਕੁਛ ਕੌਫੀ ਸ਼ੇਕ ਕੁੱਕ ਆ ਬਾਈ ਜੀ ਬਰਗਰ ਬਣਾ ਕੇ ਦਿੰਦੇ ਨੇ ਸਪੈਸ਼ਲ ਬਰਗਰ ਇਹਨਾਂ ਦਾ ਕੇ ਐਫ ਸੀ ਮੈਕਡੋਨਲਡ ਭੁੱਲ ਜਾਓਗੇ ਲਓ ਵੀ ਮਿੱਤਰ ਪਿਆਰੇ ਖਾ ਪੀ ਲਿਆ ਹੁਣ ਨਿਕਲੇ ਹਾਂ ਚਲੋ ਤਾਂ ਗੱਡੀ 'ਚ ਬਹਿ ਕੇ ਕਿਤੇ ਪਾਸੇ ਹੌਲੀ ਹੌਲੀ ਚੱਲਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਅੱਗੇ ਕੀ ਹੋ ਰਿਹਾ ਬਲੌਗ 'ਚ ਲੈਟਸ ਗੋ ਦੀ ਮੂਵੀ ਐਕਟਿੰਗ ਆ ਬੜੀ ਵਧੀਆ ਐਕਟਿੰਗ ਆ ਅੱਜ ਆਏ ਹੋਏ ਹਾਂ ਅਸੀਂ ਨਾਪਰੀ ਦੇ ਭੂਆ ਜੀ ਦੇ ਘਰੇ ਅਤੇ ਆਹ ਆਪਣੇ ਭੂਆ ਜੀ ਦਾ ਬੇਟਾ ਹੈਲੋ ਕਰਦੇ ਹੈਲੋ ਆਪਾਂ ਨਵੀਂ ਕੋਠੀ 'ਚ ਬੈਠੇ ਹਾਂ ਤੁਹਾਨੂੰ ਇਹਦੀ ਵੀ ਕੋਠੀ ਦਿਖਾਵਾਂਗੇ ਪੂਰੀ ਰੈਡੀ ਹੋ ਜਾਵੇ ਫਰਨੀਚਰ ਫਰਨੀਚਰ ਪੈ ਜਾਵੇ ਫਿਰ ਸਾਰੀ ਦਿਖਾ ਕੇ ਜਾਂਦੀ ਆਪਾਂ ਅੱਜ ਆਪਾਂ ਇਹਨਾਂ ਦੇ ਘਰ ਆਏ ਸੀਗੇ ਤੁਹਾਨੂੰ ਪਤਾ ਹੀ ਹੈ ਨਾਪਰੀ ਦੇ ਕੰਮ ਲਓ ਵੀ ਮਿੱਤਰ ਪਿਆਰੇ ਮੁੰਡੇ ਦਾ ਕਮਰਾ ਤਿਆਰ ਕੀਤਾ ਤੁਹਾਨੂੰ ਦਿਖਾਉਂਦੇ ਹਾਂ ਪ੍ਰੋਪਰ ਮੁੰਡੇ ਦਾ ਕਮਰਾ ਤਿਆਰ ਹੋਇਆ ਜੀ ਬਾਕੀ ਹੋ ਰਿਹਾ ਬੈੱਡ ਤਿਆਰ ਕੀਤਾ ਆ ਟੀ ਵੀ ਲਵਾਇਆ ਬਾਈ ਨੇ ਅਜੇ ਇੱਧਰ ਡਰੈਸਿੰਗ ਰੂਮ ਬਣਾਇਆ ਬਾਥਰੂਮ ਬਾਥਰੂਮ ਬੜਾ ਘੈਂਟ ਆ ਸ਼ੀਸ਼ੇ ਸ਼ੀਸ਼ੇ ਬੜੇ ਘੈਂਟ ਲਾਇਆ ਹੁਣ ਘੈਂਟ ਆ ਪੂਰਾ ਕੰਮ ਪੈਸੇ ਰੂਮ ਵੀ ਪੂਰਾ ਵਧੀਆ ਬਣਾਇਆ ਅੱਜ ਕੱਲ੍ਹ ਵਧੀਆ ਕੱਪਬੋਰਡ ਪੂਰਾ ਅਲਮਾਰੀਆਂ ਅਲਮੂਰੀਆਂ ਲਾਉਣ ਦੀ ਲੋੜ ਹੈ ਜੀ ਪੂਰੇ ਵਧੀਆ ਕੱਪਬੋਰਡ ਅੰਦਰੋਂ ਲੋਬੀ ਆ ਹਜੇ ਸਮਾਨ ਸਮੂਨ ਰੱਖਣਾ ਜੇ ਬਸ ਰੈਡੀ ਹੋ ਰਿਹਾ ਉਦੋਂ ਨੈਕਸਟ ਟਾਈਮ ਆਵਾਂਗੇ ਹੋ ਜਾਣਾ ਤਿਆਰ ਸ਼ੀਸ਼ੇ ਅੱਜ ਕੱਲ੍ਹ ਵੱਡੇ ਵੱਡੇ ਰੱਖਦੇ ਸਾਰੇ ਦੇਖੋ ਕਿੱਡਾ ਸ਼ੀਸ਼ਾ ਆਹ ਪੌੜੀ ਪੂਰੀ ਲੋਬੀ ਆ ਬਸ ਤਿਆਰੀ ਚੱਲ ਰਹੀ ਆ ਇੱਕ ਬੈਡਰੂਮ ਇੱਧਰ ਬੈੱਡ ਤਾਂ ਤਰੀਕੇ ਨਾਲ ਤਿਆਰ ਹੋ ਗਏ ਆਹ ਐਲ ਸੀ ਡੀ ਵਗੈਰਾ ਲਾਉਣ ਲੋਬੀ 'ਚ ਇੱਕ ਬੈਡਰੂਮ ਆਹ ਆਹ ਗੱਦੇ ਆਪਾਂ ਤਿਆਰ ਕਰਵਾ ਕੇ ਦਿੱਤੇ ਆ ਬਾਈ ਨੂੰ ਉੱਥੋਂ ਆਪਾਂ ਬਰਨਾਲੇ ਫੈਕਟਰੀ ਬਾਂਸ ਉਹ ਤਾਂ ਪੂਰਾ ਆਹ ਦੇਖੋ ਛੋਟਾ ਜਿਹਾ ਬਾਥਰੂਮ ਬੜਾ ਘੈਂਟ ਆ ਯਾਰ ਰੈਡੀ ਹੋ ਗਿਆ ਬਸ ਰੈਡੀ ਆ ਕੰਮ ਬਸ ਫਰਨੀਚਰ ਰੱਖਣਾ ਰਹਿ ਗਿਆ ਬਸ ਇੱਧਰ ਕਿਚਨ ਬਸ ਨੈਕਸਟ ਟਾਈਮ ਫਰਨੀਚਰ ਫੋਨ 'ਚ ਪਾ ਕੇ ਫਿਰ ਦਿਖਾਵਾਂਗੇ ਤੁਹਾਨੂੰ ਪ੍ਰੋਪਰ ਅਜੇ ਤਾਂ ਰੈਡੀ ਹੋ ਰਿਹਾ ਅੱਜ ਕੱਲ੍ਹ ਆਹ 'ਚ ਗੱਠਾਂ ਹੋ ਗਿਆ ਆਹੀ ਚੀਜ਼ ਵਧੀਆ ਆਹੀ ਸਿਸਟਮ ਬਾਹਰਲੇ ਕੰਟਰੀਆਂ 'ਚ ਇਹੀ ਚੱਲਦਾ ਤੁਹਾਨੂੰ ਬਾਹਰੋਂ ਦਿਖਾ ਦਿੰਦੇ ਹਾਂ ਕੋਠੀ ਤਿਆਰ ਹੋ ਰਹੀ ਆ ਬਸ ਥੋੜ੍ਹਾ ਜਿਹਾ ਕੰਮ ਰਹਿ ਗਿਆ ਉੱਪਰੋਂ ਪਲੇਟਾਂ ਜਿਹਾ ਲਗਾਉਣੀ ਰਹਿ ਗਈਆਂ ਮਤਲਬ ਬਾਈ ਆਪਣੀ ਗੱਡੀ ਵੀ ਨਵੀਂ ਲੈ ਆਇਆ ਵਾ ਫੋਰਚੂਨਰ ਤੁਹਾਨੂੰ ਦਿਖਾਉਂਦੇ ਹਾਂ ਕੋਠੀਆਂ ਬੜੀਆਂ ਵੱਡੀਆਂ ਵੱਡੀਆਂ ਤਰੀਕਿਆਂ 'ਚ ਆਹ ਪਿੱਛੇ ਵੀ ਵੱਡੀ ਸਾਰੀ ਕੋਠੀ ਆ ਬਾਈ ਨੇ ਵੀ ਵੱਡੀ ਸਾਰੀ ਪਾ ਲਈ ਚਲੋ ਤੁਹਾਨੂੰ ਪਹਿਲਾਂ ਗੱਡੀ ਦਿਖਾਉਂਦੇ ਹਾਂ ਦੋ ਗੱਡੀਆਂ ਲਾਇਆ ਇੱਕ ਟਮਾਟਰ ਦੀ ਕਿਹੜੀ ਲਾਇਆ ਸੀ ਲੈਂਜਾ ਅਤੇ ਇੱਕ ਫੋਰਚੂਨਰ ਇਕੱਠੀਆਂ ਹੀ ਬ੍ਰੈਂਡ ਨਿਊ ਫਟੇ ਚੁੱਕ ਤੇ ਨੰਬਰ ਵੀ ਵਧੀਆ ਲੈ ਲਿਆ ਨੰਬਰ ਵੀ ਵਧੀਆ ਲੈ ਲਿਆ ਬਾਈ ਨੇ ਹੁਣ ਚਲਾ ਤਾਂ ਮੈਂ ਦੇਖ ਲਈ ਸੀਗੀ ਡਰਾਈਵ ਤਾਂ ਪੂਰੀ ਘੈਂਟ ਆ ਘੈਂਟ ਆ ਗੱਡੀਆਂ ਪੂਰੀਆਂ ਜਹਾਜ਼ ਹੀ ਨੇ ਗੱਡੀਆਂ ਕਾਹਦੀਆਂ ਵਧਾਈਆਂ ਵੀ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਵਧੀਆ ਕਿੱਥੇ ਗੱਡੀ ਖੜੀ ਆ ਵੀ ਨਾ ਚਾਚਾ ਜੀ ਦਾ ਘਰ ਆ ਉੱਥੇ ਨਵੇਂ ਘਰ ਕਰਕੇ ਗੱਡੀ ਇੱਥੇ ਲਾਈ ਹੋਈ ਆ ਆਹ ਵੀ ਕੋਠੀ ਕੋਈ ਤਕੜੀ ਆ ਨੈਕਸਟ ਲੈਵਲ ਦੇਖ ਲਓ ਐਡੀ ਵੱਡੀ ਆ ਵੀ ਬੰਦ ਪਈ ਆ ਸਾਰੇ ਕੈਨੇਡਾ 'ਚ ਉੱਪਰ ਟਾਵਰ ਵੀ ਬਣਾਇਆ ਇਹਨਾਂ ਦੇ ਹੋਰ ਟਾਵਰ ਬਾਕੀ ਬਾਈ ਦੀ ਵੀ ਕੋਠੀ ਤਿਆਰ ਹੋ ਰਹੀ ਆ ਚਲੋ ਮਿੱਤਰ ਪਿਆਰਿਓ ਕਰਦੇ ਹਾਂ ਗੱਲ ਰਾਤ 'ਚ ਜਾਂਦੇ ਜਾਂਦੇ ਆਹ ਵੀ ਗੱਡੀ ਬਾਈ ਲਿਆਇਆ ਨਵੀਂ ਇਹ ਆਪਦੇ ਬਾਪੂ ਜੀ ਲਈ ਉਹ ਆਪਦੇ ਲਈ ਘੈਂਟ ਆ
ਇਹਦਾ 272 ਉਹਦਾ ਇਕੱਲਾ 0073 ਨੰਬਰ ਆ ਨੰਬਰ ਉਹ ਸੋਹਣਿਆ ਉਹ ਆਪਣੀ ਖੜੀ ਆ ਉਹਦਾ ਨੰਬਰ ਹੈਗਾ 70 71 72 73 ਸੱਤ ਹੀ ਚੱਲਦੇ ਵਾਲੇ ਆ ਇਹ ਕੁਛ ਸਪੈਸ਼ਲ ਆ ਯਾਰ ਲੱਕੀ ਹੁੰਦਾ ਠੀਕ ਆ ਠੀਕ ਆ ਠੀਕ ਆ ਚਲੋ ਵੀ ਮਿੱਤਰ ਪਿਆਰੇ ਗੱਡੀ 'ਚ ਆ ਗਏ ਹਾਂ ਆਪਾਂ ਹੌਲੀ ਹੌਲੀ ਨਿਕਲੀਏ ਓਕੇ ਬਾਏ ਬਾਏ ਉਹ ਪਿੱਛੇ ਨਾ ਜੀ ਰਾਣੀ ਕੋਠੀ ਆ ਆਹ ਨਵੀਂ ਪਾਈ ਆ ਬਾਈ ਨੇ ਲਓ ਵੀ ਮਿੱਤਰ ਪਿਆਰੇ ਤੁਹਾਨੂੰ ਅੱਜ ਦਿਖਾਈਏ ਐਡੀਸਨ ਬਲਿਊ ਇੱਥੇ ਇੱਥੇ ਐਡੀਸਨ ਬਲਿਊ ਵੀ ਹੋਟਲ ਵੀ ਨਾਲ ਹੀ ਆ ਐਮ ਬੀ ਡੀ ਵੀ ਪੂਰਾ ਘੈਂਟ ਬੋਲ ਬਣ ਗਿਆ ਸਿਕਸ ਲੈਣ ਬੋਲ ਨਾਲ ਇਹ ਐਰ ਵੀ 2 ਲੈਣ 1 ਲੈਣ 6 ਲੈਣ ਜੰਪੂ ਬਹੁਤ ਨੇ ਪਿੱਛੇ ਪੁਲਿਸ ਵਾਲੇ ਲਡਾਰ ਲਾਈ ਖੜੇ ਸੀਗੇ ਆਹ ਵੈਸਟਨ ਮਾਲ ਆ ਗਿਆ ਆਹ ਗ੍ਰੈਂਡ ਵਾਕ ਤੰਦਰੂਰ ਡਾਰ ਬੜੀ ਖਤਰਨਾਕ ਜਗ੍ਹਾ ਦੇ ਲਈ ਹੋਏ ਸੀਗੇ ਆਹ ਗ੍ਰੈਂਡ ਵਾਕ ਵੈਲਟ ਵੀ ਲਾਈ ਸੀ ਮੇਰੇ ਤਾਂ ਗੱਡੀ ਸਪੀਡ ਠੀਕ ਠਾਕ ਸੀਗੀ ਨੋਰਮਲੀ ਸੀਗੀ ਗ੍ਰੈਂਡ ਵਾਕ ਇੱਥੇ ਸਕੂਲ ਵੀ ਹੈਗਾ ਸੈਕਰਡ ਹਾਰਟ ਕ੍ਰਿਸ਼ਨ ਮੂਰਤੀ ਬਣੀ ਸੀ ਉਹਨਾਂ ਦੀ ਜੀਸਸ ਕਹਿ ਦਿੰਦੇ ਨੇ ਜੀਸਸ ਮੈਟ ਦੇਖੋ ਪਸੰਦ ਆ ਸਾਰਿਆਂ ਨੂੰ ਕਾਰਪੇਟ ਕਹਿੰਦੇ ਨੂੰ ਕਾਰਪੇਟ ਬੜੀ ਮੁਲਾਇਮ ਆ ਯਾਰ ਵਾਓ ਇੱਕ ਆਹ ਬਾਈ ਖੋਲਦਾ ਪਿਆ ਉੱਥੇ ਥੱਲੇ ਵਿਛਾਉਣ ਨੂੰ ਆ ਉੱਥੇ ਡਰਾਇੰਗ ਰੂਮ ਵਗੈਰਾ 'ਚ ਆਪਣੇ ਘਰ ਦੇ ਕੋਲ ਨਿਊ ਦੁਕਾਨ ਖੁੱਲ੍ਹੀ ਆ ਜੀ ਉਹ ਵੀ ਰੇਟ ਵੀ ਪ੍ਰਾਈਸ ਵੀ ਕੋਈ ਜ਼ਿਆਦਾ ਨਹੀਂ 1700 1800 1800 ਰੁਪਏ ਕੋਈ ਜ਼ਿਆਦਾ ਨਹੀਂ ਵਧੀਆ ਚੀਜ਼ ਆ ਲਓ ਮਿੱਤਰ ਪਿਆਰੇ ਇੱਕ ਕਾਰਪੇਟ ਅਤੇ ਇੱਕ ਮੈਟ ਲੈ ਲਿਆ ਪਿੱਛੇ ਪਿਆ ਉਹਨੂੰ ਘਰੇ ਜਾ ਕੇ ਖੋਲ੍ਹ ਕੇ ਦਿਖਾਉਂਦੇ ਹਾਂ ਲਓ ਵੀ ਮਿੱਤਰ ਪਿਆਰੇ ਉਹ ਘਰੇ ਪਹੁੰਚ ਗਏ